ਸਮਝਾਉਣਾ ਕੁੜੀ ਨੂੰ ਚੰਗੀ ਤਰ੍ਹਾਂ ਸਮਝਦੀ ਕੀ ਆਪਦੇ ਆਪ ਨੂੰ ਕਿਹੜਾ ਨੰਬਰ ਆਇਆ ਆਹੀ ਲੈ ਫਿਰ ਉਸੇ ਕੰਜਰ ਦਾ ਫੋਨ ਆ ਗਿਆ ਇਹਨੇ ਤਾਂ ਸੱਚੀ ਜੀਣਾ ਹਰਾਮ ਕਰ ਰੱਖਿਆ ਹੈਲੋ ਕੀ ਤਕਲੀਫ ਆ ਤੈਨੂੰ ਮੇਰੇ ਤੋਂ ਕਿਉਂ ਮੇਰਾ ਜੀਣਾ ਹਰਾਮ ਕਰਕੇ ਰੱਖਿਆ ਉਹ ਗੱਲ ਸੁਣ ਮੇਰੀ ਤੂੰ ਹਲੇ ਵੀ ਸਮਝ ਆ ਤੇਰੇ ਲਈ ਮੌਕਾ ਹੈ ਪਿੱਛੋਂ ਮੌਕਾ ਹੱਥ ਨਹੀਂ ਆਉਂਦਾ ਹੈਗਾ ਮੈਂ ਤੇਰੀਆਂ ਫੋਕਿਆਂ ਧਮਕੀਆਂ ਤੋਂ ਨਹੀਂ ਡਰਨ ਵਾਲੀ ਆ ਜਿਹੜੀ ਤੁਹਾਡੀ ਗੈਂਗ ਰਲ ਕੇ ਕੰਮ ਕਰ ਰਹੀ ਹੈ ਨਾ ਇਹ ਗਲਤ ਹੈ ਮੈਂ ਸਭ ਨੂੰ ਦੱਸੂ ਨਾਲੇ ਬਣਦੀ ਸਜ਼ਾ ਵੀ ਦਵਾਉਂਗੀ ਹੁਣ ਨਾ ਤੈਨੂੰ ਮਾਰਨ ਲਈ ਮੈਂ ਆਪ ਖੁਦ ਆ ਰਿਹਾ ਹਲੇ ਵੀ ਸਮਝ ਲੈ ਤੈਨੂੰ ਮੈਂ ਇੱਕ ਮੌਕਾ ਦਿੰਦਾ ਦਫਾ ਹੋ ਮੇਰੇ ਕੋਲ ਹੁਣ ਤੁਹਾਡੇ ਸਾਰੇ ਪ੍ਰੂਫ ਪਏ ਨੇ ਤੂੰ ਜੇਲ੍ਹ ਜਾਣ ਲਈ ਨਾ ਤਿਆਰ ਰਹੀ ਚੱਲ ਚੰਗਾ ਫਿਰ ਉੱਪਰ ਜਾਣ ਦੀ ਤਿਆਰੀ ਕਰ ਆ ਗਏ ਅਸੀਂ ਹਾਏ ਜੇ ਪਾਲੀ ਅਤੇ ਉਹਦਾ ਗੈਂਗ ਸੱਚੀ ਆ ਗਏ ਮੈਨੂੰ ਮਾਰਨ ਮੈਂ ਕੀ ਕਰੂੰ ਮੈਂ ਐਂ ਕਰਦੀ ਹਾਂ ਮੈਂ ਗੁਰੀ ਨੂੰ ਹੀ ਸੱਦ ਲੈਂਦੀ ਹਾਂ ਹੈਲੋ ਹਾਂ ਪ੍ਰੀਤ ਬੋਲੋ ਗੁਰੀ ਤੂੰ ਜਿੱਥੇ ਵੀ ਆ ਨਾ ਤੂੰ ਸਾਡੇ ਘਰੇ ਜਲਦੀ ਆ ਜਾ ਆ ਪਾਲੀ ਅਤੇ ਉਹਦਾ ਗੈਂਗ ਮੈਨੂੰ ਮਾਰਨ ਦੀਆਂ ਧਮਕੀਆਂ ਦੇਈ ਜਾਂਦੇ ਆ ਉਹ ਕੀ ਗੱਲ ਹੋ ਗਈ ਇੰਨੀ ਘਬਰਾਈ ਜੀ ਕਿਉਂ ਆ ਉਹ ਮੈਂ ਸ਼ਹਿਰ ਗਿਆ ਹਾਂ ਮਾੜਾ ਦੁਕਾਨ 'ਤੇ ਗੁਰੀ ਤੈਨੂੰ ਮੈਂ ਸਭ ਕੁਝ ਇੱਥੇ ਹੀ ਆ ਕੇ ਦੱਸੂ ਤੂੰ ਫਟਾਫਟ ਆ ਜਾ ਪਲੀਜ਼ ਬਸ ਆਉਣਾ ਮੈਂ ਘੰਟੇ ਤੱਕ ਆ ਜਾਣਾ ਹੈਲੋ ਗਾਇਸ ਸਿਰਫ IPL ਨਾ ਦੇਖੋ ਆਪਣੀ ਰਾਏ ਦਿਓ ਅਤੇ ਬਹੁਤ ਸਾਰੇ ਇਨਾਮ ਜਿੱਤੋ ਉਹ ਵੀ lotus365.in 'ਤੇ ਇੱਥੇ ਬਹੁਤ ਸਾਰੇ ਸਵਾਲ ਹੋਣਗੇ ਜਿਵੇਂ ਮੈਚ ਕੌਣ ਜਿੱਤੇਗਾ ਜਾਂ ਟਾਸ ਕੌਣ ਜਿੱਤੇਗਾ ਜਿਵੇਂ ਤੁਸੀਂ 50+ ਤਰੀਕੇ ਦੇ ਸਵਾਲਾਂ ਵਿੱਚ ਆਪਣੀ ਰਾਏ ਦੇ ਕੇ ਬਹੁਤ ਸਾਰੇ ਇਨਾਮ ਜਿੱਤ ਸਕਦੇ ਹੋ lotus365 'ਤੇ ਰਜਿਸਟਰ ਕਰੋ ਅਤੇ 365 ਬੋਨਸ ਪ੍ਰਾਪਤ ਕਰੋ ਇੱਥੇ ਤੁਹਾਨੂੰ 1 ਤੋਂ 1 24 ਘੰਟੇ ਗਾਹਕ ਸਹਾਇਤਾ ਮਿਲਦੀ ਹੈ ਅਤੇ 10 ਮਿਲੀਅਨ ਤੋਂ ਵੱਧ ਉਪਭੋਗਤਾ ਇੱਥੇ ਖੇਡਦੇ ਹਨ ਇੱਥੇ ਕ੍ਰਿਕਟ ਤੋਂ ਇਲਾਵਾ ਇੱਥੇ 200+ ਸਵਾਲ ਹਨ ਜਿੱਥੇ ਤੁਸੀਂ ਆਪਣੀ ਰਾਏ ਦੇ ਸਕਦੇ ਹੋ ਅਤੇ ਚੰਗੇ ਇਨਾਮ ਜਿੱਤ ਸਕਦੇ ਹੋ ਨਵਾਜ਼ੁਦੀਨ ਸਿੱਦਕੀ ਉਰਵਸ਼ੀ ਰੋਤੇਲਾ ਸੁਨੀਲ ਸ਼ੇਟੀ ਕਾਜਲ ਅਗਰਵਾਲ ਨੇਹਾ ਸ਼ਰਮਾ ਵਰਗੀਆਂ ਵੱਡੀਆਂ ਹਸਤੀਆਂ ਉਹਨਾਂ ਦਾ ਬ੍ਰੈਂਡ ਅੰਬੈਸਡਰ ਹਨ ਇਸ ਲਈ ਦੇਰ ਨਾ ਕਰੋ ਸਿੱਧੇ lotus365.in 'ਤੇ ਰਜਿਸਟਰ ਕਰੋ ਅਤੇ lotus365 ਦਾ ਲਿੰਕ ਡਿਸਕ੍ਰਿਪਸ਼ਨ ਅਤੇ ਕਮੈਂਟ ਬਾਕਸ 'ਚ ਪਿੰਨ ਹੈ ਧੰਨਵਾਦ ਉਹ ਪ੍ਰੀਤਾ ਲੈ ਮੈਨੂੰ ਬੁਲਾ ਕੇ ਆਪ ਸੌਂਗੀ ਪ੍ਰੀਤਾ ਉੱਠ ਖੜਾ ਕੀ ਹੋ ਗਿਆ ਪ੍ਰੀਤਾ ਮਰ ਕੀ ਇਹ ਕੰਮ ਪਾਲੀ ਨਹੀਂ ਕਰਿਆ ਪਾਲੀ ਹੁਣ ਤੈਨੂੰ ਵੀ ਮਰਨਾ ਹੀ ਪਊਗਾ ਪਾਲੀ ਓਏ ਆਹਦਾ ਸਿਰਾ ਕੰਮ ਹੋ ਗਿਆ ਜਿਹੜਾ ਆਪਣਾ ਰਾਧਾ ਰੋੜੇ ਚੱਕਿਆ ਗਿਆ ਓਏ ਉਹ ਤਾਂ ਠੀਕ ਹੈ ਪਰ ਉਹਨੂੰ ਮਾਰ ਕੀ ਨਹੀਂ ਦਿੱਤਾ ਸਾਲੀ ਇਹ ਗੱਲ ਹਾਜ਼ਮ ਨਹੀਂ ਆਉਂਦੀ ਹੈਗੀ ਓਏ ਤੂੰ ਅੰਬ ਖਾਣੇ ਜਾਂ ਗੁਠਲੀਆਂ ਕਿੰਨੀਆਂ ਨੇ ਆਪਣੇ ਸਿਰੋਂ ਮੁਸੀਬਤ ਟਲੀ ਹੋਰ ਕੀ ਚਾਹੀਦਾ ਆਪਾਂ ਨੂੰ ਉਹ ਤਾਂ ਠੀਕ ਹੈ ਮੈਂ ਸੋਚਦਾ ਸੀ ਆਪਾਂ ਦੂਜੀ ਦਾ ਨਾ ਸ਼ਿਕਾਰ ਕਰ ਲਈਏ ਭੋਲੀ ਜੀ ਸਾਊ ਜੀ ਆ ਨਾਲੇ ਉਹ ਤਾਂ ਆਪਣੀ ਗੱਲਾਂ 'ਚ ਵੀ ਆ ਜੂਗੀ ਓਏ ਹੋਰ ਕੀ ਕਰਨਾ ਆਹੀ ਕੰਮ ਕਰਨਾ ਆਪਾਂ ਨੇ ਬਿਜ਼ਨਸ ਕਰਨਾ ਤੂੰ ਉਹਨੂੰ ਚੱਕ ਪਰ ਇਸ ਬਾਰੇ ਮੀਟਿੰਗ ਕੋਈ ਫਿਕਸ ਜਗ੍ਹਾ 'ਤੇ ਰੱਖਾਂਗੇ ਤਾਂ ਠੀਕ ਹੈ ਆਪਾਂ ਇਹ ਕਰਾਂਗੇ ਅੱਡੇ ਦੀ ਜਿਹੜੀ ਪਿੱਛੇ ਸੁਣਨੀ ਜਗ੍ਹਾ ਓਏ ਪਾਲੀ ਸੱਚ ਸੱਚ ਦੱਸ ਦੇ ਪ੍ਰੀਤ ਨੂੰ ਕਿਉਂ ਮਾਰਿਆ ਓਏ ਗੁਰੀ ਸਾਨੂੰ ਕੀ ਪਤਾ ਯਾਰ ਅਸੀਂ ਤਾਂ ਆਪਾਂ ਹੀ ਸੋਚੀ ਜਾਂਦੇ ਹਾਂ ਪਿੰਡੋ ਪਿੰਡੀ ਗੱਲ ਉੱਡੀ ਪਈ ਆ ਯਾਰ ਓਏ ਉਹਨੇ ਮੈਨੂੰ ਫੋਨ ਕਰਿਆ ਵੀ ਪਾਲੀ ਮੈਨੂੰ ਮਾਰਨ ਦੀ ਧਮਕੀ ਦਿੰਦਾ ਸੀ ਓਏ ਹਾਂ ਫਿਰ ਮਾਰਨ ਗਿਆ ਸੀ ਜਦੋਂ ਅਸੀਂ ਉੱਥੇ ਗਏ ਸਾਨੂੰ ਕੀ ਪਤਾ ਸੀ ਉਹਦਾ ਪਹਿਲੀ ਮਰੀ ਪਈ ਸੀ ਮਤਲਬ ਇਹ ਵੇਖਦਾ ਕਮਰੇ 'ਚ ਜੁੱਤੀ ਪਈ ਹੋਵੇ ਲੈ ਦੇਖ ਸਤਿਗੁਰਾ ਮਹਾਰਾਣੀ ਤਾਂ ਸੁੱਤੀ ਪਈ ਆ ਬੇਫਿਕਰ ਹੋ ਕੇ ਉਹ ਬੀਬਾ ਬੋਲ ਹੁਣ ਉਹ ਤਾਂ ਕਹਿੰਦੀ ਸੀ ਐਂ ਕਰ ਦੂੰ ਬਾਹ ਕਰ ਦੂੰ ਓਏ ਹੁਣ ਨਹੀਂ ਬੋਲਦੀ ਇਹ ਕਾਲੇ ਦੇ ਸਿਰ 'ਤੇ ਨੱਚ ਰਿਹਾ ਬਾਕੀ ਕਸਰ ਆਪਾਂ ਪੂਰੀ ਕਰ ਦਿੰਦੇ ਹਾਂ ਵੇਖ ਇਹਨੂੰ ਠਾ ਇਹਨੂੰ ਓਏ ਉੱਠਾ ਬਾਈ ਮੇਰਾ ਤਾਂ ਪਹਿਲੀ ਗੱਡੀ ਜਿਹੜੀ ਪਈ ਆ ਓਏ ਕੀ ਕਹੀ ਨਾ ਸਮਾਰ ਕੇ ਚੱਕ ਚੁੱਕ ਕਰ ਆ ਸਾਹ ਸੂ ਚੱਕ ਕਰ ਚੱਲ ਦਿੰਦੇ ਨਾ ਉਹੀ ਨਾ ਬਹੁਤ ਖਰਾਬ ਕੁੜੀ ਆ ਇਹ ਮਾਰਦਤ ਕਰਤੀ ਤਾਂ ਕਿਸੇ ਨੇ ਓ ਕੀ ਕਹੀ ਜਾਂਦਾ ਇਹ ਤਾਂ ਪਤਾ ਤੇਰਾ ਗੱਲ ਆ ਹਾਂ ਸਤਿਗੁਰਾ ਵਾਰਦਾਤਾਂ ਵੱਡੀ ਹੋ ਗਈ ਕੋਈ ਭੱਜ ਚੱਲਦੇ ਆਪਾਂ ਕਿਤੇ ਆਪਾਂ ਭੱਜੀਏ ਹਾਂ ਭੱਜ ਕਿਤੇ ਆਪਣੇ ਗੱਲ ਲੱਗ ਜੇ ਤਾਂ ਗਲੀ ਪਾਲੀ ਜੀ ਯਾਰ ਗੁਰੀ ਆਹ ਗੱਲ ਸੀ ਉਹ ਗੁਰੀ ਅਸੀਂ ਸੱਚੀ ਕਹਿ ਰਹੇ ਹਾਂ ਯਾਰ
ਉਹ ਪਰ ਤੂੰ ਤਾਂ ਉਹਨੂੰ ਪਿਆਰ ਕਰਦਾ ਸੀ ਤੂੰ ਉਹਨੂੰ ਮਾਰਨ ਦੀ ਕੋਸ਼ਿਸ਼ ਕਿਉਂ ਕਰੀ ਉਹ ਯਾਰ ਇਹ ਮੈਂ ਦੱਸਦੀ ਹਾਂ ਕਿ ਇਹਨਾਂ ਨੇ ਉਹਨੂੰ ਮਾਰਨ ਦੀ ਕੋਸ਼ਿਸ਼ ਕਿਉਂ ਕਰੀ ਚੱਲ ਓਏ ਉਹ ਇਹ ਕਾਹਤੋਂ ਭੱਜ ਗਏ ਤੂੰ ਬੈਠ ਇੱਥੇ ਮੈਂ ਤੈਨੂੰ ਸਾਰਾ ਕੁਛ ਦੱਸਦੀ ਹਾਂ ਉਹ ਕੀ ਹਾਲ ਨੇ ਗੁਰੀ ਕਿਵੇਂ ਕੱਲਾ ਜਾ ਬੈਠੇ ਹਾਂ ਕੀ ਲਿਖੀ ਜਾਂਦਾ ਨਾਲੇ ਹਾਲਤ ਜੀ ਵੀ ਤੇਰੀ ਗੰਭੀਰ ਲੱਗਦੀ ਆ ਉਹ ਪਰਾਵਾ ਇਸ਼ਕ ਕਿਤੇ ਛੱਡਦਾ ਬੰਦੇ ਨੂੰ ਅੰਦਰੋਂ ਅੰਦਰ ਹੀ ਖਾ ਜਾਂਦਾ ਨਾ ਇਹਦਾ ਇਲਾਜ ਆ ਨਾ ਕੋਈ ਦਵਾਈ ਹੈ ਉਹ ਪਰ ਰੰਜ ਨੂੰ ਇਸ਼ਕ ਕਿਹਦੇ ਨਾਲ ਹੋਇਆ ਨਾ ਤਾਂ ਦੱਸ ਦੇ ਉਹ ਪ੍ਰੀਤ ਨਾਲ ਹੋਇਆ ਯਾਰ ਠੀਕ ਆ ਤੂੰ ਮੇਰਾ ਇੱਕ ਕੰਮ ਹੀ ਕਰ ਦੇ ਹਾਂ ਦੱਸ ਆਹ ਚਿੱਠੀ ਉਹਨੂੰ ਫੜਾ ਦੇ ਜਾ ਕੇ ਫੜਾ ਦਿੰਦਾ ਕਹਿੰਦੇ ਉਹਨੇ ਫੜਾਈ ਹੈ ਠੀਕ ਆ ਜਾ ਕਰਕੇ ਆ ਕੰਮ ਕਰ ਪਹਿਲਾਂ ਪਾਲੀ ਦੇ ਵਿੱਚ ਲੈ ਸਾਲਾ ਇਹ ਵੀ ਇਹਦੇ ਕਨੀ ਦੇਖੀ ਜਾਂਦਾ ਕੁੜੀ ਕਿਹਦੇ ਇਸ਼ਕ ਨੂੰ ਪੂਰਾ ਕਰੂ ਉਹ ਪਾਲੀ ਰਹਿੰਦੇ ਹੁਣ ਕੁੜੀ ਦੀ ਜਾਨ ਤਾਂ ਨਹੀਂ ਕੱਢਣੀ ਉਹ ਸਤਿਗੁਰ ਮੈਂ ਤਾਂ ਆਪਣੇ ਅਗਲੇ ਸ਼ਿਕਾਰ ਦੇਖਦਾ ਸੀ ਉਹ ਕੁੜੀ ਪ੍ਰੀਤ ਨਹੀਂ ਹੈਗੀ ਹਾਂ ਹਾਂ ਉਹ ਦੇਖਾ ਓਏ ਹਾਂ ਓਏ ਇਹਦੀ ਗੱਲ ਤਾਂ ਆਪਾਂ ਕਦੇ ਧਿਆਨ ਹੀ ਦਿੱਤਾ ਆਹ ਕੰਮ ਤਾਂ ਮੈਂ 2 ਮਿੰਟਾਂ 'ਚ ਕਰ ਦੂੰ ਉਹ ਕਿਵੇਂ ਤੂੰ ਕਿਹੜੀ ਸ਼ਕਤੀ ਖਰੀਦ ਲਿਆ ਆ ਬਸ ਤੂੰ ਦੇਖੀ ਜਾ ਤੂੰ 2 ਮਿੰਟ ਬੈਠਾ ਸਤਿ ਸ਼੍ਰੀ ਅਕਾਲ ਜੀ ਮੈਂ ਗੱਲ ਕਰਨੀ ਸੀ ਇੱਕ ਜੀ ਹਾਂਜੀ ਦੱਸੋ ਮੈਂ ਤਾਂ ਜੀ ਡਾਕੀਆ ਬਣ ਕੇ ਆਇਆ ਆਹ ਚਿੱਠੀ ਹੈ ਜੀ ਪਾਲੀ ਨੇ ਭੇਜੀ ਆ ਪ੍ਰਵਾਨ ਕਰਨਾ ਕੀ ਲਿਖਿਆ ਪ੍ਰੀਤ ਸਾਨੂੰ ਵੀ ਦੱਸ ਦੇ ਪੱਲੀ ਦੱਸੀ ਜਾਂਦੀ ਆ ਪ੍ਰਪੋਜ਼ਲ ਆਇਆ ਕਹਿੰਦਾ ਮੈਂ ਤੈਨੂੰ ਸੱਚੀ ਮੁਹੱਬਤ ਕਰਦਾ ਜੇ ਤੂੰ ਨਾ ਮਿਲੀ ਮੈਂ ਮਰ ਜੂੰਗਾ ਹੁਣ ਦੱਸ ਮੈਂ ਕੀ ਕਰਾਂ ਚੱਲ ਫਿਰ ਦੇ ਜਵਾਬ ਇਹਦੀ ਚਿੱਠੀ ਦਾ ਕੀ ਕਰਾਂ ਹੁਣ ਮੈਂ ਅੱਜ ਹੀ ਦੇ ਦਾ ਜਵਾਬ ਜਾਂ ਫਿਰ ਕੁਛ ਦਿਨ ਰੁਕ ਕੇ ਦਵਾਂ ਛੇਤੀ ਦਿਓ ਜੀ ਜਵਾਬ ਕੰਮ ਤਾਂ ਪਹਿਲੀ ਲੇਟ ਆ ਬੰਦੇ ਦਾ ਕੀ ਪਤਾ ਕਦੋਂ ਕੀ ਹੋ ਜੇ ਚੱਲ ਫਿਰ ਆ ਜਾਓ ਆ ਜਾ ਆ ਚਿੱਠੀ ਤੁਸੀਂ ਭੇਜੀ ਹੈ ਹਾਂਜੀ ਕੀ ਗੱਲ ਵਧੀਆ ਨਹੀਂ ਲੱਗੀ ਹੋਰ ਲਿਖ ਕੇ ਭੇਜ ਦਿੰਦੇ ਆ ਨਹੀਂ ਨਹੀਂ ਵਧੀਆ ਤਾਂ ਲੱਗੀ ਪਰ ਜੇ ਤੁਸੀਂ ਆਪ ਆਉਂਦੇ ਮੈਨੂੰ ਵੱਧ ਖੁਸ਼ੀ ਹੋਣੀ ਸੀ ਦਿਲ ਦੀਆਂ ਗੱਲਾਂ ਨਾ ਦੱਸਦੀਆਂ ਦੀਆਂ ਹੁੰਦੀਆਂ ਨੇ ਐਵੇਂ ਦਿਲ 'ਚ ਨਹੀਂ ਰੱਖੀਦੀਆਂ ਸਾਲੀ ਚਿੱਠੀ ਮੈਂ ਫੜਾਈ ਇਹ ਪਾਲੀ ਲਵੇ ਜਾ ਕੇ ਕਾਹਤੋਂ ਖੜ ਗਈਆਂ ਐਵੇਂ ਬਹੁਤ ਚੱਕੀ ਫਿਰਦਾ ਸੀ ਹੋਰ ਜੀ ਮੇਰਾ ਤਾਂ ਪਹਿਲਾਂ ਨਾਲੋਂ ਭਾਰ ਘੱਟ ਗਿਆ ਹੁਣ ਫਿਰ ਮੈਂ ਹਾਂ ਹੀ ਸਮਝਾਂ ਜੀ ਹਾਂ ਹੈ ਮੇਰੀ ਠੀਕ ਹੈ ਜੀ ਚਲ ਚਲੀ ਕੱਲ ਨੂੰ ਮਿਲਦੇ ਹਾਂ ਠੀਕ ਹੈ ਜੀ ਸਤਿਗੁਰਾ ਆਧਾ ਕੰਮ ਤਾਂ ਸਰ ਹੀ ਕਰਤਾ ਬਈ ਆਪਾਂ ਤਾਂ ਹੀ ਲਾਉਣੇ ਪੱਕੇ ਪੈਂਚਰ ਆਧਾ ਕਮਾਲ ਹੀ ਕਰਤੇ ਸੱਚੀ ਉਹ ਸਤਿਗੁਰਾ ਹਾਂ ਬਈ ਯਾਰ ਚਿੱਠੀ ਮੈਂ ਫੜਾਈ ਦੀ ਪਾਲੀ ਲਵਾ ਕੇ ਕਾਹਤੋਂ ਖੜ ਗਈਆਂ ਉਹ ਬਈ ਉਹ ਤਾਂ ਪਾਲੀ ਨੂੰ ਪਿਆਰ ਕਰਦੀ ਸੀ ਜਦੋਂ ਮੈਂ ਤੇਰੀ ਚਿੱਠੀ ਫੜਾਈ ਉਹਨੂੰ ਉਹ ਤਾਂ ਉਹਦੀ ਪਾਲੀ ਨੂੰ ਪ੍ਰਪੋਜ਼ ਕਰਨ ਆ ਗਈ ਯਾਰ ਮੈਂ ਕੀ ਕਰਦਾ ਚੱਲ ਕੋਈ ਨਾ ਲੈ ਮੈਂ ਤੈਨੂੰ ਬਾਹਰ ਬੋਲ ਮਾਰੀ ਦਿੰਦੀ ਹਾਂ ਤੂੰ ਉਰੇ ਬੈਠੀ ਆ ਆ ਜਾ ਯਾਰ ਚੱਲੀਏ ਲੇਟ ਹੋ ਜਾਵਾਂਗੇ ਕਾਲਜ ਲਈ ਪ੍ਰੀਤ ਲੇਟ ਕਿੱਥੋਂ ਹੋ ਜਾਵਾਂਗੇ ਕਿੰਨਾ ਟਾਈਮ ਪਿਆ ਹਜੇ ਆ ਤੂੰ ਫੋਨ ਤੇ ਨਾ ਲੱਗੀ ਰਹਿ ਚੱਲ ਤੁਰ ਯਾਰ ਮੈਨੂੰ ਚਾਹ ਤਾਂ ਪੀ ਲੈਣ ਦੇ ਚਾਹ ਪੀ ਪੀ ਕੇ ਤੂੰ ਐਵੇਂ ਆਪਣਾ ਰੰਗ ਕਾਲਾ ਕਰ ਲੇਗੀ ਕੈਂਟੀਨ 'ਚ ਪੀ ਲਈ ਬਹਿ ਕੇ ਕੋਈ ਨਾ ਆਪਾਂ ਚੱਲਦੇ ਹਾਂ ਮੈਨੂੰ ਕਿਤਾਬਾਂ ਚੱਕ ਲੈਂਦੇ ਹੁਣ ਕਿਤਾਬਾਂ ਚੱਕ ਜਲਦੀ ਚੱਕ ਤੂੰ ਪਤਾ ਹੀ ਆ ਮੈਨੂੰ ਕਿਹੜੇ ਤੂੰ ਪਾਲੀ ਨਾਲ ਚੋਜ ਮੋਜ ਕਰਨੇ ਆ ਉੱਥੇ ਫਿਰ ਜਦ ਪਤਾ ਤੈਨੂੰ ਫਿਰ ਤੁਰਦੀ ਕਿਉਂ ਨਹੀਂ ਐਵੇਂ ਲੇਟ ਕਰਾਏਂਗੀ ਉਹ ਪ੍ਰੀਤ ਮੜਾ ਜਾ ਯਾਰ ਗੱਲ ਕਰਨੀ ਸਾਈਡ ਤੇ ਵੀ ਗੁਰੀ ਮੈਂ ਤੇਰੇ ਨਾਲ ਫੇਰ ਗੱਲ ਕਰਦੀ ਆ ਮੈਂ ਨਾ ਅੱਜ ਪਾਲੀ ਨਾਲ ਕਿਤੇ ਜ਼ਰੂਰੀ ਜਾਣਾ ਗੁਰੀ ਜੀ ਮੇਰੇ ਨਾਲ ਕਰ ਲਓ ਮੈਂ ਤਾਂ ਫ੍ਰੀ ਆ ਚਾਹੇ ਦਿਨ ਰਾਤ ਕਰੋ ਗੱਲ ਚੱਲ ਸਿਮਰ ਉਹ ਤੇੜਾ ਤੈਨੂੰ ਮੈਂ ਰਾਤ ਕੰਮ ਗਿਆ ਸੀ ਕਰਤਾ ਕੀ ਉਹ ਕੀ ਗੱਲ ਜਨਾਬ ਪਹਿਲੀ ਮੁਲਾਕਾਤ 'ਚ ਲੇਟ ਹੋ ਗਏ ਸਾਡੀ ਜਮਾ ਫਿਕਰ ਨਹੀਂ ਹੈਗੀ ਓਹੋ ਫਿਕਰ ਤਾਂ ਹੈਗੀ ਆ ਇਹਨੇ ਲੇਟ ਕਰਾਤਾ ਚਾਹ ਪੀਣ ਲੱਗ ਗਈ ਸੀ ਮੈਂ ਤਾਂ ਸਵੇਰੇ 5 ਵਜੇ ਦੀ ਉੱਠੀ ਹੋਈ ਹਾਂ 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 ਬੜੀ ਚਾਹ ਪੀਣ ਦਿੱਤੀ ਆ ਤੂੰ ਮੈਨੂੰ ਪੁਲਿਸ ਵਾਲਿਆਂ ਵਾਂਗੂ ਤਾਂ ਘੜੀਸ ਕੇ ਲੈ ਆਈ ਇਹਦਾ ਵੀ ਬੋਲੀ ਜਾਂਦੀ ਆ ਚਲੋ ਆ ਜਾਓ ਆਪਾਂ ਉੱਧਰ ਬਹਿ ਕੇ ਗੱਲ ਕਰਦੇ ਹਾਂ ਹਾਂ ਜੀ
आ जाओ जी, बह जाओ, साढ़े नाल भी कर लो दो गल्लां, असीं जिहड़ा करंट मारदे आ। ले दस हुण तेरे नाल केड़ियां दो गल्लां करां मैं। ओह पहली गल, साढ़े नाल चाय पी लो बह के। क्यों, तुहाडे वाली चाह हरी होगी जिहड़ी पावर करंट दोगी? ओह तुसीं पी के तां देखियो, आसमान चों डारियां ते सुरगां झूटे दवा दांगे। बस थैंक यू, अपनी दूजी गल दसो। ओह दूजी गल तां इह आ, तुसीं मेरे नाल गल कर लो, उहनां दी तां होगी गल। ਉਹ ਤਾਂ ਇੱਕ ਦੂਜੇ ਨੂੰ ਪਿਆਰ ਕਰਦੇ ਆ, ਤਾਂ ਉਹਨਾਂ ਦੀ ਗੱਲ ਹੋਈ ਆ। ਉਹ ਆਪਣੇ 'ਚ ਵੀ ਪਿਆਰ ਹੋਊਗਾ, ਤੁਸੀਂ ਕੁਰ ਪੈਰ ਅੱਗੇ ਤਾਂ ਪੱਟੋ, ਰਾਹ ਤਾਂ ਆਪੇ ਬਣ ਜਾਣਗੇ। ਮੇਰੀ ਤਾਂ ਹੈਗੀ ਆ ਕਿਸੇ ਨਾਲ, ਤੂੰ ਕੋਈ ਹੋਰ ਲੱਭ ਲਾ। ਤੁਸੀਂ ਤਾਂ ਗੁੱਸੇ ਹੀ ਕਰ ਗਏ ਜੀ। ਪ੍ਰੀਤ, ਮੈਂ ਨਾ ਤੈਨੂੰ ਬਹੁਤ ਪਿਆਰ ਕਰਦਾ, ਮੈਨੂੰ ਤਾਂ ਐਂ ਸੀ ਕਿ ਮੈਂ ਤੈਨੂੰ ਕਿਵੇਂ ਦੱਸੂੰਗਾ। ਲੈ, ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਹਾਂ ਵੈਸੇ ਮੇਰਾ ਵੀ ਧਿਆਨ ਤੁਹਾਡੇ ਵੱਲ ਹੈ ਨਹੀਂ ਸੀ ਇੰਨਾ। ਉਹ ਮੈਨੂੰ ਤਾਂ ਐਂ ਸੀ ਵੀ ਕਿਤੇ ਤੂੰ ਨਾ ਕਰ ਜੇ, ਮੈਨੂੰ ਤਾਂ ਡਰ ਜਿਹਾ ਲੱਗੀ ਜਾਂਦਾ ਸੀ। ਉਹ ਅਸੀਂ ਪਿਆਰ ਕਰਨ ਵਾਲਿਆਂ ਦੀ ਬਹੁਤ ਕਦਰ ਕਰਦੇ ਹਾਂ। ਫਿਰ ਤੁਸੀਂ ਮੈਨੂੰ ਐਂ ਦੱਸੋ, ਮੇਰੇ ਨਾਲ ਘੁੰਮਣ ਜਾਓਗੇ ਚੰਡੀਗੜ੍ਹ ਜਾਂ ਸ਼ਿਮਲੇ? ਹਾਂਜੀ ਹਾਂਜੀ ਜ਼ਰੂਰ, ਤੁਸੀਂ ਮੈਨੂੰ ਪਹਿਲਾਂ ਦੱਸ ਦਿਓ ਜਦੋਂ ਜਾਣਾ ਹੋਇਆ, ਫਿਰ ਮੈਨੂੰ ਆਇਆ ਮੈਂ ਘਰੇ ਵੀ ਬਹਾਨਾ ਲਾਊਂਗੀ ਕੋਈ ਨਾ ਕੋਈ। ਆਪਾਂ ਐਂ ਕਰਦੇ ਹਾਂ, ਆਪਾਂ ਅਗਲੇ ਵੀਕ ਚੱਲਦੇ ਹਾਂ, ਠੀਕ ਆ? ਹਾਂਜੀ ਹਾਂਜੀ ਜ਼ਰੂਰ, ਆ ਜਾਓ ਆਪਾਂ ਕੰਟੀਨ ਚੱਲਦੇ ਹਾਂ ਚਾਹ ਪੀਂਦੇ ਹਾਂ। ਚਲੋ ਜੀ। ਗੁਰੀ, ਤੂੰ ਉਦਨ ਕੀ ਗੱਲ ਕਰਦਾ ਸੀ? ਉਹ ਯਾਰ, ਮੈਂ ਤਾਂ ਐਂ ਪੁੱਛਦਾ ਸੀ ਤੇਰਾ ਅਤੇ ਪਾਲੀ ਦਾ ਆਪਸ 'ਚ ਕੀ ਚੱਕਰ ਆ। ਪਾਲੀ ਮੈਨੂੰ ਪਿਆਰ ਕਰਦਾ ਅਤੇ ਮੈਂ ਵੀ, ਵੈਸੇ ਤੈਨੂੰ ਕਿਵੇਂ ਪਤਾ ਲੱਗਿਆ? ਉਹ ਯਾਰ, ਜਿਵੇਂ ਵੀ ਪਤਾ ਲੱਗਿਆ ਮੈਨੂੰ, ਮੈਂ ਤੈਨੂੰ ਐਂ ਕਹਿਣਾ ਵੀ ਪਾਲੀ ਸਹੀ ਮੁੰਡਾ ਨਹੀਂ ਹੈਗਾ, ਤੂੰ ਪਹਿਲਾਂ ਉਹਦੇ ਬਾਰੇ ਥੋੜ੍ਹਾ ਪਤਾ ਕਰ ਲੈ। ਤੈਨੂੰ ਕੀ ਪਤਾ, ਲੋਕ ਸਾਡੇ ਤੋਂ ਮੱਚਦੇ ਨੇ, ਤੈਨੂੰ ਪਤਾ ਉਹ ਮੈਨੂੰ ਕਿੰਨਾ ਪਿਆਰ ਕਰਦਾ, ਨਾਲੇ ਜਿੱਥੇ ਪਿਆਰ ਹੁੰਦਾ ਨਾ ਉੱਥੇ ਕੁਛ ਨਹੀਂ ਵੇਖਿਆ ਜਾਂਦਾ। ਉਹ ਯਾਰ, ਗਲਤ ਬੰਦੇ ਨਾਲ ਯਾਰੀ ਲਾ ਕੇ ਨਾ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ, ਤੂੰ ਇੱਕ ਵਾਰੀ ਸੋਚ ਤਾਂ ਲੈ। ਤੈਨੂੰ ਕੀ, ਮੇਰੀ ਜ਼ਿੰਦਗੀ ਬਰਬਾਦ ਹੁੰਦੀ ਆ ਚਾਹੇ ਨਹੀਂ ਹੁੰਦੀ, ਤੂੰ ਸੋਚ ਨਾ ਕਰ। ਉਹ ਯਾਰ, ਤੂੰ ਤਾਂ ਗੁੱਸਾ ਹੀ ਕਰ ਗਈ, ਮੈਂ ਤਾਂ ਤੇਰੇ ਚੰਗੇ ਲਈ ਕਹਿੰਦਾ ਸੀ, ਮੈਂ ਤਾਂ ਐਂ ਕਹਿੰਦਾ ਸੀ ਇੱਕ ਵਾਰ ਜਾਂਚ ਪੜਤਾਲ ਕਰ ਲੈ। ਆ ਗਈ ਨੀ, ਤੈਨੂੰ ਇੱਕ ਮਿਲ ਗਿਆ ਬਹੁਤ ਆ, ਹੁਣ ਸਾਰਿਆਂ ਦੇ ਤਾਂ ਨਹੀਂ ਕਬਜ਼ਾ ਕਰਨਾ, ਕੋਈ ਬਾਕੀਆਂ ਲਈ ਵੀ ਛੱਡ ਦੇ। ਓਹੋ, ਉਹ ਤਾਂ ਬਕਵਾਸ ਕਰਦਾ ਸੀ, ਕਹਿੰਦਾ ਪਾਲੀ ਤੇਰੇ ਵਾਸਤੇ ਸਹੀ ਨਹੀਂ ਹੈਗਾ, ਇੱਕ ਵਾਰ ਜਾਂਚ ਪੜਤਾਲ ਕਰ ਲਾ। ਐਵੇਂ ਬਸ ਉਈ, ਪਤਾ ਤੈਨੂੰ ਮੈਨੂੰ ਕਿੰਨਾ ਪਿਆਰ ਕਰਦਾ ਪਾਲੀ। ਫਿਰ ਸਹੀ ਕਹਿੰਦਾ ਉਹ, ਤੈਨੂੰ ਕੀ ਹਰਜ ਹੈ, ਚੱਲ ਆ ਜਾ ਆਪਾਂ ਪਾਲੀ ਬਾਰੇ ਪਤਾ ਕਰਦੇ ਹਾਂ। ਚੱਲ। ਉਹ ਬਈ ਪ੍ਰੀਤ ਮੰਨ ਗਈ, ਕੋਈ ਚੱਕਰ ਤਾਂ ਨਹੀਂ ਹੈਗਾ? ਉਹ ਮੰਨ ਗਈ, ਉਹਨੂੰ ਮੈਂ ਕਹਿਤਾ ਚੰਡੀਗੜ੍ਹ ਚੱਲਾਂਗੇ ਆਪਾਂ, ਅਤੇ ਉਹਨੂੰ ਮੈਂ ਦੋ ਦਿਨਾਂ ਦਾ ਕਹਿ ਕੇ ਨਾ ਆਪਾਂ ਤਿੰਨ ਦਿਨ ਰੱਖਾਂਗੇ ਉਹਨੂੰ। ਠੀਕ ਆ, ਅਤੇ ਬੌਸ ਨੂੰ ਪਹਿਲਾਂ ਮਾਲ ਚੈੱਕ ਕਰਵਾ ਤਾ ਦੀ, ਪਿਛਲੀ ਵਾਰ ਕੁੜੀ ਬਿਮਾਰ ਨਿਕਲ ਗਈ, ਬਹੁਤ ਘਾਟਾ ਪੈ ਗਿਆ ਆਪਾਂ ਨੂੰ। ਹੋਰ ਯਾਰ, ਆ ਕੁੜੀਆਂ ਕਿਹੜਾ ਸਪਲਾਈ ਕਰਨਾ ਔਖੀ ਹੈ ਵੀ ਯਾਰ, ਬਾਲਾ ਪੰਗੇ ਪੈਂਦੇ ਨੇ। ਓਏ ਤੂੰ ਪ੍ਰੀਤ ਨੂੰ ਲੈ ਜੀ, ਬਾਕੀ ਕੁੜੀਆਂ ਨੂੰ ਮੈਂ ਲੈ ਕੇ ਆ ਜਾਊਂਗਾ। ਬਸ ਤੂੰ ਆਪਦਾ ਧਿਆਨ ਰੱਖੀ, ਕਿਸੇ ਨੂੰ ਪਤਾ ਨਾ ਲੱਗੇ ਵੀ ਆਪਾਂ ਅੱਗੇ ਕੁੜੀਆਂ ਨੂੰ ਸਪਲਾਈ ਕਰਦੇ ਹਾਂ। ਓਏ ਅੱਗੇ ਕਿਹੜਾ ਕਿਸੇ ਨੂੰ ਪਤਾ ਲੱਗਣ ਦਿੱਤਾ? ਓਏ ਛੱਡ, ਤੂੰ ਦੂਜੀ ਕੁੜੀ ਦਾ ਜੀ ਘੜ ਲਾ। ਲਾ ਰਿਹਾ ਵੀ ਮੈਂ, ਆ ਪਿਆਰ ਸੀ ਤੇਰਾ, ਸਗੋਂ ਵਧੀਆ ਗੁਰੀ ਕਰਕੇ ਤੇਰਾ ਚਿਹਰਾ ਸਾਹਮਣੇ ਆ ਗਿਆ। ਪ੍ਰੀਤ, ਅੱਜ ਕਾਲਜ ਕਿਵੇਂ? ਆਪਾਂ ਕੱਲ੍ਹ ਤਾਂ ਉੱਥੇ ਜਾਣਾ ਸੀ। ਮੈਨੂੰ ਵੇਚਣ ਲਈ? ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ, ਹੁਣ ਤੁਸੀਂ ਦੋਵੇਂ ਜੇਲ੍ਹ ਜਾਓਗੇ। ਪ੍ਰੀਤ, ਇਹੋ ਜਿਹੀ ਕੋਈ ਗੱਲ ਨਹੀਂ ਗੀ, ਤੈਂ ਗਲਤ ਸੁਣ ਲਿਆ। ਪਾਲੀ, ਜੇ ਇਹੀ ਕੰਮ ਸੀ ਤੂੰ ਪਿਆਰ ਦਾ ਨਾਟਕ ਹੀ ਕਿਉਂ ਕੀਤਾ? ਆ ਚਿੱਠੀਆਂ ਦਾ ਵੀ ਕੀ ਮਤਲਬ ਸੀਗਾ? ਓਏ, ਜੇ ਤੈਨੂੰ ਇਹ ਸਭ ਕੁਝ ਪਤਾ ਲੱਗ ਹੀ ਗਿਆ ਨਾ, ਕੋਈ ਨਾ, ਉਹ ਤਾਂ ਗੁਰੀ ਨੇ ਚਿੱਠੀ ਸਤਿਗੁਰ ਨੂੰ ਫੜਾਈ ਸੀ, ਸਤਿਗੁਰ ਨੇ ਨਾਮ ਮੇਰਾ ਲੈਤਾ ਤੇਰੇ ਲਵੇ। ਮੈਂ ਕਮਲੀ ਤੇਰੇ ਜਾਲ 'ਚ ਫਸ ਗਈ। ਓਏ, ਤੇਰਾ ਰਾਂਝਾ ਤਾਂ ਗੁਰੀ ਆ ਜਿਹੜਾ ਤੈਨੂੰ ਸੱਚਾ ਪਿਆਰ ਕਰਦਾ ਸੀ, ਪਾਲੀ ਨੇ ਤਾਂ ਦੁੱਖੀ ਤੇ ਜੱਕਾ ਲਾਇਆ। ਕਿੰਨਾ ਵੱਡਾ ਧੋਖਾ ਦੇ ਰਹੇ ਸੀ ਤੁਸੀਂ, ਤੁਹਾਨੂੰ ਕੋਈ ਹੋਰ ਕੰਮ ਨਹੀਂ ਆਇਆ? ਕਿੰਨਾ ਘਟੀਆ ਕੰਮ ਕਰਨ ਲੱਗੇ ਸੀ, ਸ਼ਰਮ ਨਹੀਂ ਆਉਂਦੀ ਤੁਹਾਨੂੰ ਦੋਵਾਂ ਨੂੰ? ਐਵੇਂ ਨਾ ਕਿਸੇ ਤੇ ਵਿਸ਼ਵਾਸ ਨਹੀਂ ਕਰੀਦਾ, ਹੁਣ ਪਤਾ ਲੱਗਦਾ ਕਿਹੜਾ ਰਿਸ਼ਤਾ ਕਿਵੇਂ ਜੁੜਦਾ। ਪਿਆਰ ਕਰਨ ਤੋਂ ਪਹਿਲਾਂ ਨਾ ਪਰਖਣਾ ਤੇ ਜਾਣਨਾ ਬਹੁਤ ਜ਼ਰੂਰੀ ਹੈ, ਐਵੇਂ ਪਿਆਰ ਪਿਆਰ ਕਰਕੇ ਨਾ ਜ਼ਿੰਦਗੀ ਬਰਬਾਦ ਕਰ ਲਈ ਸੀ ਤੂੰ। ਜੋ ਹੋ ਗਿਆ ਠੀਕ ਹੈ, ਪਰ ਇਹ ਗੱਲ ਕਿਸੇ ਲਈ ਚਲੀ ਗਈ ਨਾ, ਸੋਚ ਲਿਓ। ਮੇਰੇ ਕੋਲ ਨਾ ਸਾਰੇ ਪ੍ਰੂਫ ਪਏ ਆ, ਹੁਣ ਤੂੰ ਨਹੀਂ ਬਚਦਾ। ਇਹ ਗਲਤੀ ਨਾ ਕਰ ਬੈਠੀ, ਜਾਣ ਗਵਾ ਲੇਗੀ, ਦੱਸਿਆ ਤੈਨੂੰ ਮੈਂ। ਲੱਗੀ ਸਮਝ? ਹਾਏ, ਮੈਂ ਗੁਰੀ ਨੂੰ ਸੱਚੀ ਬਹੁਤ ਗਲਤ ਕਿਹਾ, ਹੁਣ ਮੈਂ ਗੁਰੀ ਨੂੰ ਸੋਰੀ ਵੀ ਕਹੂੰ ਤੇ ਉਹਦਾ ਪਿਆਰ ਵੀ ਅਸੈਪਟ ਕਰੂੰ। ਬਸ ਗੁਰੀ, ਇੱਦਾਂ ਪਾਲੀ ਹੁਣਾਂ ਨੇ ਉਹਦਾ ਕਤਲ ਕਰ ਦਿੱਤਾ ਅਤੇ ਪ੍ਰੂਫ ਵੀ ਮਿਟਾ ਤੇ, ਉਹਨਾਂ ਨੇ ਬਹੁਤ ਮਨਾਇਆ ਉਹਨੂੰ ਵੀ ਕਿਸੇ ਨੂੰ ਦੱਸੀ ਨਾ, ਪਰ ਉਹ ਮੰਨੀ ਨਹੀਂ ਹੈਗੀ। ਪਰ ਉਹ ਤਾਂ ਮੰਨਦੇ ਨਹੀਂ ਹੈਗੇ ਵੀ ਅਸੀਂ ਕਤਲ ਕਰਿਆ। ਉਹ ਗੁਰੀ, ਤੂੰ ਸਾਡੇ 'ਤੇ ਇਲਜ਼ਾਮ ਲਾਈ ਜਾਂਦਾ,
आप एक वीडियो पूछे नू कतल क्यों किया है? दस बीबा की कारण सी? वो कतल करने तो पहले कैमरे तो देख लांदी प्रीत पता किड्डे घर दी कुड़ी है दस हुण नाले तेरा उहदे नाल की बैर सी जरा? मैंने ये सब गुरी नू पौन करके किया क्योंकि मैं गुरी नू बहुत प्यार करती हाँ ते प्रीत भी इनू प्यार करन लग गई सी ते मैं गुरी नू किसे होर दा हुंदे नहीं वेख सकती। अब प्रीत का तो फोन लगाई जांदी आ। हेलो हाँ प्रीत की होया कि मैं लाया सी फोन? पाली ने मैनू मारन दी धमकी दित्ती आ। सिमर तू जल्दी आ जा आपां पुलिस कोल जाना प्रूफ लैके गुरी नू तां घंटा लग जू। प्रीता की हो गया? आ गई तू मैनू तां बहुत डर लग रहा। यार मैं आ गई ना हुण डरन दी लोड़ नहीं हैगी। दस की होया? गुरी नू भी टाइम लगूगा मैं ताई तैनू फोन किया सी भी तू आ जा। तू पहले मैनू आए दस गुरी नू दस्या तां नहीं हैगा कि तू उहनू प्यार करदी है? ना हजे तां कुछ नहीं दस्या। चल ठीक आ तू घबरा ना मैं तेरे वास्ते पानी लैके आउनी हूँ तू बैठ इत्थे। आ गई तू इन्ना टाइम लाता? आ ले चक पी पानी। प्रीत तेरे को सिर्फ 5 मिनट ने उस तो बाद तू मर जाएगा। मैनू मार के तू आप बच जाएगी? हाँ क्योंकि मैं सारा कुछ पाली दे सकते जाऊंगा। तू आपकी सहेली नहीं मारता? गुरी मैं माफ कर दे मैं सब कुछ तेरे करके किया मैं तेन बहुत प्यार करती हाँ। वो यार रहे जे प्यार दा की करना है भी तू आपकी सहेली की जान ले ली नाले कल तू किसी होर पिछे मैनू मारेंगी। वो हले तो अभी उन्होंने डराने जाते सी तो आ चंद चाड़ता वो सजा तो तेन मिलेगी वो नाले तुसी की देखी जाने बिच ही तुसी जाओगे कुड़ियों ब्लैकमेल कर दौ कर दा मैं थाने फोन। वो गुरी जी सत श्रीकाल जी वीडियो किवें लगी कॉमेंट करके जरूर दस्यो तो जो वधिया लगी लाइक भी जरूर कर दिओ तो शेयर कर दिओ चैनल कर लिओ सबसक्राइब तो हुण आपां बोलांगे पहले 15 कमेंट जिन्हां ने पिछले पार्ट ते कीते सी। तरसेम सिंह अभिषेक जय श्री जोतू अर्शप्रीत प्रदीप रीत नरूला रीत कौर चहल स्टूडियो किरण संदीप मनजोत सिंह सोधी मनजीत प्रीत कौर ये पहले 15 कमेंट जिन्होंने पिछली वीडियो तो किए तुसी भी करो सोडे भी नाम बोलेंगे। हाँ जी तो इंस्टाग्राम पर फॉलो कर लियो जी मेरी आई डी है गुरी गंडुआ तो सतगुर प्रोडक्शन हरपाल पाली गंडुआ कोई भी काम होते जाके अपन मैसेज कर सकते हो तो पार्ट की थोड़ी दिक्कत आ गई सी सीजन चल पाया उधर मुंडे बिजी ने तो पार्ट भी अगे रैगूलर आने आ वीडियो पहले बनी पई सी तां करके असी ने अपलोड करती तो इदां ही प्यार देंदे रहो चैनल नूं कर लिओ सबसक्राइब। हुण आपां मिलांगे जी नेक्स्ट वीक हुण वीक च होप सो दो दो वीडियो पा दिया करांगे बस सपोर्ट रखियो तुसीं पहलां वांगू करके तो हुण आपां मिलांगे नैक्सट वीक वीरवार नूं सवेरे 9 बजे। थैंक यू।